मैं इन सारा कुछ बर्बाद कर रही कि चल कोई नहीं एक दिन सुधर जाऊंगा एक दिन सुधर जाऊंगा। इतना आके मैं रोज मारना शराब पी के या बिना पीते मारना उपरो दूजी जनानी के नाल रहना मैनू 5 दिन ट्रक दे विच किडनैप रखा मैनू बहुत मारिया नहीं 8 साल तो मैनू मारन दिया एक्स्ट्रा मैरिटल अफेयर है दे मजबूर कर दिता सही सारे ने मेरे के। सचखंड दोस्तों अज असीं जिद्दां गल कर रहे हां मरहूम मनदीप कौर जी जिहड़े कि इस दुनिया तो अलविदा कह चुके उन्हां दे नाल उन्हां दी सिस्टर जिहड़ी है छोटे सिस्टर जिहड़े कि कुलदीप कौर जी साडे नाल गल कर रहे हन जिहड़े यूपी तो जिहड़ा उन्हां दा अपना पिंड है जिहड़ा पिछोकड़ है उत्थों कुलदीप कौर जी फिर जिद्दां उन्हां ने जिहड़े बच्चियां नाल तुहाडी लंबे काफ़ी दिन हो गए हफ्ता होया गल नहीं हुई ते किस तरह तुसीं महसूस करदे हो कि बच्चियां जिहड़ियां जे उन्हां दे कोल रहिंदियां हन ਹੁਣ ਤੱਕ ਜਿਹੜਾ ਤੁਹਾਡੇ ਪਰਿਵਾਰ ਦੇ ਵੱਲੋਂ ਤੁਸੀਂ ਕੀ ਸੋਚਿਆ ਵੇ ਕਿ ਉਹਦਾ ਸਾਰੇ ਪਰਿਵਾਰ ਨੇ ਕੀ ਸਲਾਹ ਕੀਤੀ ਕਿ ਤੁਸੀਂ ਆਪ ਕੀ ਚਾਹੁੰਦੇ ਹੋ ਭਾਵੇਂ ਇਹ ਤੁਹਾਨੂੰ ਪਤਾ ਨਹੀਂ ਕਿ ਕਿੱਥੋਂ ਤੱਕ ਇਹ ਹੋ ਸਕਣਾ ਜਾਂ ਨਹੀਂ ਕਿ ਤੁਸੀਂ ਆਪ ਇੱਥੇ ਆ ਕੇ ਫਿਊਨਰਲ ਕਰਨਾ ਚਾਹੁੰਦੇ ਹੋ ਕਿ ਜਾਂ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੀ ਬਾਡੀ ਜਿਹੜੀ ਤੁਹਾਡੇ ਕੋਲ ਇੰਡੀਆ ਭੇਜੀ ਜਾਵੇ। ਹਾਂਜੀ ਅਸੀਂ ਚਾਹੁੰਦੇ ਹਾਂ ਮਗਰ ਮੇਰੀ ਫੈਮਿਲੀ ਚਾਹੁੰਦੀ ਹੈ ਕਿ ਸਾਨੂੰ ਅਮਰੀਕਨ ਵੀਜ਼ਾ ਦਿੱਤਾ ਜਾਵੇ ਮੇਰੀ ਮੰਮੀ ਪਾਪਾ ਔਰ ਮੈਨੂੰ ਤਾਂਕਿ ਅਸੀਂ ਮੇਰੀ ਸਿਸਟਰ ਦਾ ਫਾਈਨਲ ਉੱਥੇ ਜਾ ਕੇ ਕਰ ਪਾਈਏ ਔਰ ਉਹਦੇ ਬੱਚਿਆਂ ਦੀ ਸਬਸਿਡੀ ਲੈ ਪਾਈਏ ਕਿਉਂਕਿ ਅਸੀਂ ਆਪਣੀ ਸਿਸਟਰ ਦੇ ਬੱਚੇ ਔਰ ਦੂਸਰੇ ਕੋਲ ਬਿਲਕੁਲ ਨਹੀਂ ਛੱਡਣਾ ਚਾਹੁੰਦੇ ਅਸੀਂ ਉਹਦਾ ਪਛਤਾਵਾ ਵੀ ਨਹੀਂ ਚਾਹੁੰਦੇ ਕਿ ਸਾਡੀਆਂ ਬੱਚੀਆਂ ਤੇ ਪਵੇ। ਮੇਰੇ ਨਾਲ ਲਾਈਨ ਤੇ ਬਾਬਾ ਰਜੀਤ ਸਿੰਘ। ਹਾਂਜੀ 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 ਬੋਲੋ ਜੀ। ਇੱਕ ਮਤਲਬ ਮਾਂ ਤੋਂ ਬਾਅਦ ਇੱਕ ਮਾਤੀ ਹੁੰਦੀ ਆ ਜੋ ਕਿ ਪਿਆਰ ਦਿੰਦੀ ਆ ਬੱਚਿਆਂ ਨੂੰ ਦਿਲੋਂ ਕਿਉਂਕਿ ਬੱਚਿਆਂ ਦੀ ਭੂਆ ਤੇ ਬੱਚਿਆਂ ਦੇ ਸਾਹਮਣੇ ਆ ਹੀ ਨਹੀਂ ਰਹੀ ਉਹ ਤਾਂ ਇੱਕ ਵਾਰੀ ਵੀ ਨਹੀਂ ਬੋਲ ਰਹੀ ਕਿ ਬੱਚੇ ਅਸੀਂ ਲੈ ਸਕਦੇ ਹਾਂ ਜੋ ਵੀ ਕਿਉਂਕਿ ਉਹਨਾਂ ਦਾ ਮਤਲਬ ਉਹਨਾਂ ਦੀ ਫੈਮਿਲੀ ਦਾ ਬੱਚਿਆਂ ਨਾਲ ਕੋਈ ਅਟੈਚਮੈਂਟ ਨਹੀਂ ਆ ਕੁਛ ਨਹੀਂ ਆ ਇਸ ਕਰਕੇ ਸਾਡੀ ਸਭ ਨੂੰ ਰਿਕੁਐਸਟ ਆ ਕਿ ਬੱਚਿਆਂ ਦੀ ਰਿਸ਼ਤੇ ਵੀ ਦੌਰਾਨ ਤੇ ਸਾਡੀ ਹੈਲਪ ਕੀਤੀ ਜਾਏ ਅਤੇ ਵੀਜ਼ੇ ਦੌਰਾਨ ਤੇ ਰਣਜੋਤ ਨੂੰ ਅਰੈਸਟ ਕਰਾਉਣ ਤੇ ਰਣਜੋਤ ਨੂੰ ਅਭੀ ਸਜ਼ਾ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਕੋਈ ਬਲੱਡ ਰਿਲੇਸ਼ਨ ਹੁੰਦਾ ਹੈ ਉਹਨਾਂ ਤੋਂ ਬਗੈਰ ਇੰਪੋਸੀਬਲ ਹੈ ਕਿਉਂਕਿ ਤੁਸੀਂ ਹੁਣ ਇੰਡੀਆ 'ਚ ਬੈਠੇ ਹੋ ਕਿਉਂਕਿ ਜਿਹੜਾ ਬੱਚੀਆਂ ਦਾ ਫਿਊਚਰ ਹੈ ਉਹ ਅਮਰੀਕਾ ਦੇ ਵਿੱਚ ਹੈ ਇਹ ਵੀ ਇੱਕ ਬੜਾ ਇੱਕ ਵੱਡਾ ਡਿਸੀਜਨ ਹੈ ਤੁਹਾਡੇ ਲਈ ਅਤੇ ਸਾਰੇ ਪਰਿਵਾਰ ਲਈ ਅਤੇ ਬਾਕੀਆਂ ਦੇ ਲਈ ਵੀ ਜਿਹੜੇ ਇਸ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਸ਼ਰੀਕ ਨਾ ਕਿਉਂਕਿ ਕਾਨੂੰਨੀ ਤਰੀਕੇ ਦੇ ਨਾਲ ਇਹ ਸਭ ਕੁਛ ਹੋਣਾ ਕਿਉਂਕਿ ਬੱਚੀਆਂ ਜਿਹੜੀਆਂ ਹਨ ਉਹ ਆਪਣਾ ਅਮਰੀਕਾ ਛੱਡ ਕੇ ਜੇ ਕਿਸੇ ਗੱਲ ਨਹੀਂ ਬਣਦੀ ਇੰਡੀਆ ਵੀ ਉਹਨਾਂ ਦਾ ਜਿਹੜਾ ਇੰਡੀਆ ਜਾਣਾ ਪਵੇ ਜਾਂ ਇੱਥੇ ਰਹਿਣਾ ਪਵੇ ਅਜੇ ਕੁਛ ਨਹੀਂ ਤੁਸੀਂ ਕਹਿ ਸਕਦੇ ਇਹ ਸਾਨੂੰ ਕਾਨੂੰਨ ਦੇ ਨਾਲ ਵੀ ਚੱਲਣਾ ਪੈਣਾ। ਮੇਰੇ ਨਾਲ ਨਾ ਕੁਲਦੀਪ ਕੌਰ ਜੀ ਬਾਬਾ ਰਣਜੀਤ ਸਿੰਘ ਵੀ ਲਾਈਨ 'ਤੇ ਜੁੜ ਚੁੱਕੇ ਬਾਬਾ ਜੀ ਲਾਈਨ 'ਤੇ ਤੁਸੀਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਕਿਉਂਕਿ ਉਹਨਾਂ ਨੇ ਦੱਸਿਆ ਹੁਣੇ ਕਿ ਤੁਹਾਡਾ ਪਰਿਵਾਰ ਦਾ ਤੁਹਾਡੇ ਨਾਲ ਸਿੱਧੀ ਗੱਲਬਾਤ ਪਹਿਲਾਂ ਵੀ ਸੀ ਅਤੇ ਉਸ ਤੋਂ ਬਾਅਦ ਵੀ ਜਿਹੜੀ ਹੁਣ ਗੱਲਬਾਤ ਸਾਰੀ ਹੋ ਰਹੀ ਹੈ ਉਹ ਜਿਹੜਾ ਹੁਣ ਫਿਊਨਰਲ ਦੇ ਬਾਰੇ ਤੁਹਾਡੇ ਤੁਹਾਡਾ ਹੁਣ ਤੱਕ ਤੁਸੀਂ ਫਿਊਨਰਲ ਹੋਮ 'ਚ ਵੀ ਗਏ ਸੀ ਤੁਹਾਡੇ ਤੱਕ ਹੁਣ ਤੱਕ ਕੀ ਅਪਡੇਟ ਹੈ ਬਾਬਾ ਜੀ? ਸਭ ਤੋਂ ਪਹਿਲਾਂ ਮੈਂ ਸਾਹਿਬ ਤੁਹਾਡਾ ਪੰਜਾਬ ਜੋ ਤੁਹਾਡਾ ਦਰਸ਼ਕਾਂ ਤੱਕ
सारी ये गलबात जी बचा रहे हैं। मेरे वालों सारे दर्शकों भी गुरसते बेनती है कि जो संस्कार जिदा संगत की इच्छा थी उस संस्कार मैं रखवा दिता क्योंकि मैं कला ही गया थी और मेरे नाल कोई नहीं चला गया। अपने तो जो परिवार की इच्छा होगी संगत की इच्छा होगी मैं उ ही यत्न करूंगा। ये चीज वास्ते पूर्ण तौर से जो पति है हजे बार हो गई है बात का बाकी कम्यूनिटी गल क्यों नहीं की थी, कि कोई तुहानू लभदा सी हल होर कोई की होना चाहिए सी? हाँ जी हाँ जी बोलो बाबे हुण देखो मैं देखे बोलियो बोला मेरा काम सी हल लभना परिवार नु भी पता भी असि कोर्ट तक उन्हें लेके गए सी। हां जी हां जी जदों कोर्ट विच पति पत्नी ते जज कोई फैसला कर लवे तुसी असि उठे जीरो हो जने काई कोई नहीं करदे। मैं ब्याह कीता जी और परिवार ने सहयोग दिता असि इन्ना कुछ कीता जी आखरी वेले साना अपडेट दोगे कल असि कुछ बंदे थाने गए सी ते हुणे तुहानू जिहड़ी मैं गल करनी आ पुलिस रिपोर्ट उन्होंने मैनूं पहुंचा दित्ती आ पेपरां दी शुरुआत जिहड़ी होऊगी। ठीक है ते असि अगे फिर अमेरिकन प्रशासन तक पहुंच करके ते वीजियां बारे यतन करांगे। तुहानू भी सगों बेनती करांगे कि तुसीं भी कोई जां होर भैण भरा जिहड़ा सुणदा वा जे अमरीकन प्रशासन वल्लों साडी कोई सहायता कर सकदा जे इह परिवार इत्थे आ जाए ते साडे वास्ते सौखा हो जाए क्योंकि आपे बच्चियां दा संजीव जिंदल जी वेलकम जी सताल कुलदीप कौर जी भी संजीव जी संजीव जी की अपडेट है अपडेट है ਤੁਹਾਡੇ ਕੋਲ ਹੁਣ ਤੱਕ ਅਪਡੇਟ ਕੋਈ ਬਹੁਤ ਵਧੀਆ ਨਹੀਂ ਹੈਗੀ ਉਹਦਾ ਰੀਜ਼ਨ ਹੈ ਕਿ ਕੱਲ 5 ਵਜੇ ਸਾਡੇ 5 ਵਜੇ ਬਾਬਾ ਜੀ ਹੁਣੀ ਸਾਰੇ ਜਣੇ ਕਮਿਟੀ ਮੈਂਬਰ ਇਕੱਠੇ ਹੋ ਕੇ ਵਨਰੂਮੀ ਸੈੱਟ ਕਰੇ ਸੀ। ਅੱਛਾ ਜੀ ਸੌਰੀ ਅਸਲ ਵਨਰੂਮੀ ਕਰੀ ਮੈਂ ਅੰਕਲ ਜੀ ਦੀ ਆਵਾਜ਼ ਕਰਨੀ ਬਾਰੇ उची बोलोगे ਸਾਰੀ ਕਮਿਊਨਿਟੀ ਦੀ ਕੋਈ ਆਵਾਜ਼ ਹੈ
ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੀ ਕੁੜੀ ਜਦੋਂ ਮਨਦੀਪ ਕੌਰ ਦੀ ਡੈਥ ਹੋਈ ਆ ਉਸ ਤੋਂ ਪਹਿਲਾਂ ਉਹਨੇ ਜਿਹੜੀ ਵੀਡੀਓ ਰਿਲੀਜ਼ ਕੀਤੀ ਹੈ ਉਹਦੇ ਵਿੱਚ ਵੀ ਉਹਨੇ ਆਪਣੇ ਹਸਬੈਂਡ ਨੂੰ ਉਸ ਜਿਹੜੀ ਉਹਨੇ ਸੁਸਾਈਡ ਕਮਿਟ ਕੀਤੀ ਹੈ ਉਹਦਾ ਦੋਸ਼ੀ ਕਰਾਰ ਦਿੱਤਾ ਹੈ ਹਾਂ ਮੇਰਾ ਹਸਬੈਂਡ ਹੀ ਦੋਸ਼ੀ ਹੈ ਇਸ ਸਾਰੇ ਸਿਸਟਮ ਦੇ ਪਿੱਛੇ ਮੈਂਟਲੀ ਟੌਰਚਰ ਹੈਗਾ ਸਾਰਾ ਕੁਛ ਉਹਨੇ ਕਿਹਾ ਉਸ ਸਜ਼ਾ ਤੋਂ ਵਾਂਝਾ ਨਾ ਕੱਢਿਆ ਜਾਵੇ ਤੇ ਕੋਈ ਨਿਰਦੋਸ਼ ਦੋਸ਼ੀ ਨਾ ਬਣ ਸਕੇ ਸੋ ਉਹ ਆਪਣਾ ਕੰਮ ਕਰ ਰਹੇ ਨੇ ਪਰ ਔਨ ਦੀ ਅਦਰ ਐਂਡ ਕਮਿਊਨਿਟੀ ਦਾ ਇਹ ਰੋਸ਼ ਹੈ ਜਿਹੜਾ ਪਰਿਵਾਰ ਹੈ ਉਹਨਾਂ ਦਾ ਇਹ ਰੋਸ਼ ਹੈ ਕਿ ਇਹ ਕੰਮ ਕਿਉਂਕਿ ਅੱਜ 8-9 ਦਿਨ ਹੋ ਗਏ ਨੇ ਤੇ ਹਾਲੇ ਤੱਕ 4 ਚੀਜ਼ ਤੱਕ ਵੀ ਫਾਇਲ ਨਹੀਂ ਹੋਈ ਤੇ ਉਹ ਨਹੀਂ ਹੋਈ ਜਦਕਿ ਮਨਦੀਪ ਕੌਰ ਜਦੋਂ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਨੇ ਇਹ ਬਿਲਕੁਲ ਕਲੀਅਰ ਤੌਰ ਤੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਮੇਰੇ ਮਰਨ ਪਿੱਛੇ ਮੈਨੂੰ ਮੈਂਟਲ ਟੌਰਚਰ ਕਰਨ ਪਿੱਛੇ ਸਾਰਾ ਮੇਰੇ ਹਸਬੈਂਡ ਦਾ ਕਸੂਰ ਹੈ ਉਹਨਾਂ ਦਾ ਜਿਹੜਾ ਵੀਜ਼ੇ ਦਾ ਪ੍ਰੋਸੈਸ ਹੈਗਾ ਫੈਮਿਲੀ ਦਾ ਜਿਹੜੀ ਮਨਦੀਪ ਕੌਰ ਆ ਉਹਨਾਂ ਦੇ ਮੁਰਗੇ ਵੀਜ਼ੇ ਦਾ ਪ੍ਰੋਸੈਸ ਹੈ ਉਹ ਕਾਉਂਸਲੇਟ ਨਾਲ ਗੱਲ ਹੋਈ ਹੈ ਕਾਉਂਸਲੇਟ ਨੇ ਇੰਡੀਅਨ ਆਫੀਸ਼ੀਅਲ ਨਾਲ ਗੱਲ ਕੀਤੀ ਹੈ ਹੁਣ ਉਹਨਾਂ ਕੋਲ ਪਹਿਲਾਂ ਪਾਸਪੋਰਟ ਵੀ ਹੈ ਨਹੀਂ ਕਿਉਂਕਿ ਕੋਈ ਪਲਾਨ ਤੇ ਕੰਮ ਨਹੀਂ ਇਹ ਇੱਕ ਰੱਬ ਦੀ ਮਾਰ ਪਈ ਹੈ ਬਹੁਤ ਦੁਖਦਾਈ ਮਾਰ ਹੈ ਜੈਨੂਅਨ ਵੀਜ਼ਾ ਪ੍ਰੋਸੈਸ ਹੈ ਸੋ ਅਸੀਂ ਸਾਰੀਆਂ ਜਿਹੜੀਆਂ ਅਮੈਰੀਕਨ ਲੀਗਲ ਅਥਾਰਟੀਜ਼ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹਨਾਂ ਜਿਹੜੀ ਇੰਡੀਅਨ ਗੌਰਮੈਂਟ ਹੈ ਉਹਨਾਂ ਨੇ ਭਰੋਸਾ ਦਵਾਇਆ ਕਿ 11 ਤਰੀਕ ਜਾਂ 12 ਤਰੀਕ ਤੱਕ ਪਾਸਪੋਰਟ ਇਸ਼ੂ ਕਰਾ ਦੇਣਗੇ ਪੇਰੈਂਟਸ ਨੂੰ ਇੰਡੀਅਨ ਪੇਰੈਂਟਸ ਨੂੰ ਜਿਹੜੀ ਹੈ ਪਾਸਪੋਰਟ ਮਿਲ ਜਾਏਗਾ ਫਿਰ ਐਮਰਜੈਂਸੀ ਵੀਜ਼ਾ ਦੀ ਅਪਾਇੰਟਮੈਂਟ ਦਿੱਤੀ ਜਾਏਗੀ ਤੇ ਫਿਰ ਜੋ ਵੀ ਕੁਛ ਅਥਾਰਟੀਜ਼ ਅਮੈਰੀਕਨ ਯੂਐਸ ਤੋਂ ਅਥਾਰਟੀਜ਼ ਕੁਛ ਕਰ ਪਾਉਣਗੀਆਂ ਅਸੀਂ ਉਹਨਾਂ ਦੇ ਕੀ ਪੁਆਇੰਟ ਕਰਦਾਂ ਠੀਕ ਹੈ ਸੰਜੀਵ ਜੀ ਠੀਕ ਹੈ ਥੈਂਕ ਯੂ ਸੰਜੀਵ ਜਿੰਦਰ ਜੀ ਤੁਸੀਂ ਜਵਾਨ ਨਾਲ ਥੈਂਕ ਯੂ ਵੈਰੀ ਮਚ ਥੈਂਕ ਯੂ ਹਾਂਜੀ ਜਿੰਦਰ ਸਾਹਿਬ ਦੇ ਕਹਿਣ ਅਨੁਸਾਰ ਵੀ ਅਜੇ ਤੱਕ ਜਿਹੜੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਸਾਰੀ ਕਰ ਰਹੀ ਹੈ ਆਪਣੇ ਆਪਣੇ ਕਿਉਂਕਿ ਉਹਨਾਂ ਦੇ ਤਰੀਕੇ ਨਾਲ ਜਿਹੜੀਆਂ ਕੁਛ ਵੀਡੀਓ ਜਿਹੜੀ ਉਹ ਪਹਿਲਾਂ ਸਨ ਸੋ ਸਾਰੀ ਇਸ ਟਾਈਮ ਜਿੰਨੀਆਂ ਵੀ ਇੱਥੇ ਸੰਸਥਾਵਾਂ ਹਨ ਸਾਰਿਆਂ ਦਾ ਇਹੋ ਹੀ ਹੈ ਕਿ ਜਿਹੜੀ ਜਿਹੜਾ ਦੋਸ਼ੀ ਹੈ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਹ ਸਾਰੇ ਹੀ ਪੂਰਾ ਇਸ ਦੇ ਉੱਪਰ ਸਾਰੀ ਕਮਿਊਨਿਟੀ ਨੇ ਜਿਹੜੀ ਅੱਖ ਰੱਖੀ ਹੋਈ ਹੈ ਸੋ ਪਰ ਅਜੇ ਤੱਕ ਜਿਹੜੀ ਲਾਸਟ ਤੱਕ ਜਿਹੜੀ ਅਜੇ ਤੱਕ ਜਿਹੜੀ ਕੋਈ ਪੁਲਿਸ ਦੀ ਰਿਪੋਰਟ ਇਹ ਵੇ ਕਿ ਅਜੇ ਤੱਕ ਉਹਨਾਂ ਨੇ ਕੋਈ ਵੀ ਚਾਰਜ ਵਗੈਰਾ ਨਹੀਂ ਲਾਇਆ ਸੋ ਕੁਲਦੀਪ ਕੌਰ ਜੀ ਤੁਸੀਂ ਤੁਹਾਨੂੰ ਮੇਖਾ ਇਨਫੋਰਮੇਸ਼ਨ ਇਹ ਸਾਰੀ ਨਾਲੋਂ ਨਾਲ ਮਿਲਦੀ ਜਾ ਰਹੀ ਹੈ ਹਾਂਜੀ ਮਰਨਾ ਚਾਹੀਦਾ ਵਾ ਕਿ ਉਹਨੇ ਇਸ ਸਟੈਪ ਚੁੱਕਿਆ ਤੇ ਤਾਂ ਬਿਲਕੁਲ ਕਲੀਅਰ ਹੁੰਦਾ ਕਿ ਉਹਨੂੰ ਕਿੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਮਰਨ ਵਾਸਤੇ ਕਈ ਭੈਣਾਂ ਇੱਦਾਂ ਨੇ ਜੋ ਕਿ ਆਪਣੇ ਘਰਾਂ ਚ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਮੇਰੀਕਾ ਵਰਗੀ ਕੰਟਰੀ ਚ ਬੈ ਕੇ ਵੀ ਅਮੇਰੀਕਨ ਗੋਵਰਨਮੈਂਟ ਅੱਗੇ ਇੱਕ ਵਾਰ ਉਹ ਦੇਖ ਲੈਣ ਸਾਰੇ ਰਿਕਾਰਡਿੰਗ ਸੁਣਨ ਕਿ ਉਹ ਬੰਦਾ ਕਿੱਦਾਂ ਉਸ ਕੁੜੀ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਮਰਨ ਲਈ ਔਰ ਉਹ ਆਪਣੇ ਬਿਆਨ ਵੀ ਦੇ ਕੇ ਗਈ ਆ ਇੰਨੀ ਬਿਲਕੁਲ
ਸਭ ਕੁਛ ਕੀਤਾ ਬੱਚਿਆਂ ਨੇ ਦੱਸਿਆ ਵੀ ਕਿ ਮੰਮਾ ਹੁਣ ਨਹੀਂ ਜੀਣਾ ਬੱਚਿਆਂ ਨੂੰ ਸਭ ਵੱਡੀ ਕੁੜੀ ਨੂੰ ਸਭ ਸਟੋਰੀ ਪਤਾ ਹੈ ਬਟ ਇਹ ਹੈ ਕਿ ਅਜੇ ਉਹ ਕੁੜੀ ਬਹੁਤ ਨਰਵਸ ਆ ਕਿਉਂਕਿ ਕੁੜੀ ਨੂੰ ਵੀ ਪਤਾ ਵਾ ਕਿ ਉਹਦੀ ਮਾਂ ਦਾ ਪਾਤਰ ਕੌਣ ਕੁੜੀ ਕਿਉਂਕਿ ਜਿਹੜੀ ਇੱਥੇ ਦੀ ਪੁਲਿਸ ਹੈ ਇੱਥੇ ਕੋਈ ਏਦਾਂ ਇਹ ਨਹੀਂ ਕੋਈ ਕਿਸੇ ਤਰੀਕੇ ਦੇ ਨਾਲ ਕਿਉਂਕਿ ਜੇ ਉਹਨਾਂ ਨੇ ਬੱਚਿਆਂ ਦੀ ਜਦੋਂ ਉਹਨਾਂ ਨੇ ਇੰਟਰਵਿਊ ਉਹਨਾਂ ਨੇ ਤਰੀਕੇ ਆਪਣੇ ਨਾਲ ਲੈ ਕੇ ਉਹਨਾਂ ਨੇ ਸਭ ਕੁਛ ਲੱਭ ਲੈਣਾ ਕਿਉਂਕਿ ਇੱਥੇ ਜਿਹੜਾ ਕਾਨੂੰਨ ਹੈ ਬੜਾ ਹੌਲੀ ਹੌਲੀ ਚੱਲਦਾ ਪਰ ਇਹ ਕਦੇ ਵੀ ਇਹ ਨਹੀਂ ਹੋ ਸਕਦਾ ਕਿ ਇੱਥੋਂ ਜਿਹੜਾ ਦੋਸ਼ੀ ਇਹ ਕਦੇ ਬਚ ਸਕੇ ਇਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪੁਲਿਸ ਇੱਥੋਂ ਦੀ ਬਹੁਤ ਇਹਨਾਂ ਦੇ ਤਰੀਕੇ ਵੱਖਰੇ ਨੇ ਆਪਣੇ ਘਰੋਂ ਕੰਮ ਕਰਦੇ ਜਿਹੜੀਆਂ ਉੱਥੋਂ ਦੀਆਂ ਪੁਲਿਸ ਦੇ ਨਾਲੋਂ ਸਾਨੂੰ ਪੂਰਾ ਜਿਹੜਾ ਇੱਥੋਂ ਅਫੀਸ਼ੀਅਲ ਹੈ ਸਾਨੂੰ ਉਹਨਾਂ 'ਤੇ ਪੂਰਾ ਭਰੋਸਾ ਹੈ ਕਿ ਉਹ ਵਧੀਆ ਸਾਰਾ ਇਸਦਾ ਜਿਹੜਾ ਰਿਜ਼ਲਟ ਵੇ ਜਿਹੜਾ ਉਹ ਜਿਹੜਾ ਪਿਓਰ ਜੋ ਵੀ ਹੋਇਆ ਉਹ ਜ਼ਰੂਰ ਕੱਢ ਕੇ ਸਾਡੇ ਸਾਹਮਣੇ ਸੂਨਰ ਔਰ ਲੇਟਰ ਜ਼ਰੂਰ ਲੈ ਕੇ ਆਉਣਗੇ ਹਾਂਜੀ ਹਾਂਜੀ ਬੱਚੀ ਨੂੰ ਮਤਲਬ ਘਰ ਦਾ ਇੰਨਾ ਗੰਦੇ ਮਾਹੌਲ ਚ ਰਹੀ ਆ ਕਿ ਉਹ ਬੱਚੀ ਡਰੀ ਹੀ ਰਹਿੰਦੀ ਖੁੱਲ ਕੇ ਉਹ ਗੱਲ ਨੀ ਕਰ ਪਾਉਂਦੀ ਖੁੱਲ ਕੇ ਬੋਲ ਨੀ ਪਾਉਂਦੀ ਜਿੱਦਾਂ ਮੇਰੇ ਬ੍ਰਦਰ ਦੀ ਬੇਟੀ ਇੰਡੀਆ ਹੈ ਉਹ 2.5 ਸਾਲਾਂ ਦੀ ਆ ਤੁਸੀਂ ਮੇਰੀ ਸਿਸਟਰ ਦੀ ਬੇਟੀ ਨਾਲ ਉਹਦੇ ਨਾਲ ਗੱਲ ਕਰਕੇ ਵੇਖ ਲਿਓ ਤੁਹਾਨੂੰ ਫਰਕ ਨਜ਼ਰ ਆਜੂਗਾ ਇਹ ਫੈਮਿਲੀ ਤੋਂ ਹੀ ਪਤਾ ਲੱਗ ਜਾਂਦਾ ਕਿ ਬੱਚਾ ਕਿੱਦਾਂ ਦੀ ਫੈਮਿਲੀ ਚ ਕਿੱਦਾਂ ਰਹਿ ਰਿਹਾ ਸੀ ਕਿੱਦਾਂ ਸੀ ਬੜਾ ਫਰਕ ਪੈਂਦਾ ਹਾਂਜੀ ਗਿਆਨੀ ਰਜੀਤ ਸਿੰਘ ਜੀ ਕੀ ਤੁਸੀਂ ਹੁਣ ਜਿੱਦਾਂ ਦੱਸਿਆ ਕਿ ਲਾਸਟ ਜਿਹੜੀ ਅਪਡੇਟ ਹੈ ਪੁਲਿਸ ਦੇ ਨਾਲ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਕੀ ਤੁਹਾਡੇ ਕੋਲ ਅਪਡੇਟ ਹੈ ਇਨਵੈਸਟੀਗੇਸ਼ਨ ਕੀਤੀ ਹੈ ਜਾਂਚ ਕੀਤੀ ਆ ਉਹ ਗੱਲ ਇੱਥੇ ਇੱਕ ਹੈਗੀ ਆ ਵੀ ਜਿਹੜੀ ਉਹ ਮੂਵੀ ਸੀ ਉਹ ਕੋਰਟ ਦੇ ਜੱਜ ਤੋਂ ਪਹਿਲਾਂ ਜਾ ਚੁੱਕੀ ਸੀ ਵੀ ਉਹਦੇ ਦੁਆਰਾ ਅਸੀਂ ਪੁਲਿਸ ਵਾਲੇ ਕੁੱਝ ਕਰ ਨਹੀਂ ਸਕਦੇ ਕਾਨੂੰਨ ਮੁਤਾਬਕ ਕਹਿ ਰਹੇ ਸੀ ਹਾਂਜੀ 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 ਦੋ ਨੰਬਰ ਤੋਂ ਕਹਿ ਰਹੇ ਜੀ ਜਿਸ ਵੇਲੇ ਨਾਈਨ-ਵਨ-ਵਨ ਕਰਕੇ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਜੀ ਉਹਨੇ ਜਿੰਦਿਆ ਸੀ ਇਹ ਚੀਜ਼ ਹੈ ਹਾਂਜੀ 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 ਤੀਸਰੀ ਕਹਿੰਦੇ ਵੀ ਜਿਹੜਾ ਇਹਦਾ ਪਤੀ ਸੀ ਉਹ ਕੁਦਰਤੀ ਘਰੇ ਨਹੀਂ ਸੀ ਉਦੋਂ ਉਹ ਬਾਹਰਲੀ ਸਟੇਟ ਵਿੱਚ ਸੀ ਬਲਕਿ ਨਿਊਜਰਸੀ ਦੇ ਵਿੱਚ ਸੀ ਇਹ ਕੁੱਝ ਕਾਰਨ ਹੈਗੇ ਜਿਸ ਕਰਕੇ ਇਹ ਚੀਜ਼ ਸਾਡੀ ਸਲੋ ਚੱਲ ਰਹੀ ਆ ਪਰ ਸਾਡੇ ਉੱਤੇ ਜਿਹੜੀ ਏਜੰਸੀ ਹੈ ਉਹਨਾਂ ਨੂੰ ਅਸੀਂ ਸਭ ਕੁੱਝ ਦੇ ਦਿੱਤਾ ਵਾ ਉਹ ਹੁਣ ਆਪਣੇ ਤੌਰ ਤੇ ਵੱਡੀ ਪੱਧਰ ਤੇ ਜਾਂਚ ਕਰ ਰਹੇ ਆ ਕਿ ਕਿਹੜਾ ਕਿਹੜਾ ਬੰਦਾ ਅਨੁਵਾਦਕ ਸੀ ਜਾਂ ਟੈਲੀਫੋਨ ਵਾਲੀ ਜਾਂਚ ਕਰ ਲਓ ਜਾਂ ਜੋ ਵੀ ਮੈਂ ਅਜੇ ਨਹੀਂ ਕੋਟਾ ਕਹਿਣਾ ਚਾਹੁੰਦਾ ਪਰ ਉਹ ਜੋ ਜੋ ਵੀ ਜਾਂਚ ਦਾ ਹਿੱਸਾ ਹੁੰਦਾ ਕਰਨ ਵਾਲਾ ਕਦਮ ਕਦੇ ਨੀ ਚੁੱਕ ਸਕਦੀ ਮੈਂ ਐਂਡ ਟਾਈਮ ਤੋਂ ਵੀਡੀਓ ਦੇਖ ਕੇ ਵੀ ਟਰਸਟ ਨਹੀਂ ਕੀਤਾ ਸੀ ਕਿ ਮੇਰੀ ਭੈਣ ਸੁਸਾਈਡ ਕਰੂਗੀ ਕਿਉਂਕਿ ਅਸੀਂ ਜੰਮੇ ਇਕੱਠੇ ਜੰਮੇ ਬਣੇ ਆ ਸਾਨੂੰ ਪਤਾ ਸਾਡਾ ਭੈਣ ਭਰਾ ਕਿੱਦਾਂ ਦਾ ਵਾ ਉਹ ਬਹੁਤ ਜ਼ਿਆਦਾ ਸਟਰੋਂਗ ਸੀਗੀ ਬਸ ਇਹ ਹੈ ਕਿ ਉਸ ਕੁੜੀ ਨੂੰ ਮਤਲਬ ਲਾਈਕ ਉਹਨੇ ਆਪਣੇ ਬੱਚਿਆਂ ਵਾਸਤੇ ਬਹੁਤ ਸਟਰੋਂਗ ਬਣੀ ਕਿ ਮੈਂ ਸਭ ਕੁਛ ਬਰਦਾਸ਼ਤ ਕਰੂੰਗੀ ਵੀਡੀਓ ਉਹ ਵੀ ਕੀਤੀ ਆ ਰਿਕਾਰਡਿੰਗ ਵਾਇਰਲ ਉਹਨੇ ਬੋਲਿਆ ਮੈਂ ਖਾ ਲੂੰਗੀ ਸਭ ਕੁਛ ਕਰੂੰਗੀ ਬਟ ਮੈਂ ਆਪਣੀ ਕੁੜੀਆਂ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਮੈਂ ਨਹੀਂ ਚਾਹੁੰਦੀ ਕਿ ਉਹ ਮੇਰੇ ਪਾਪਾ ਤੋਂ ਦੂਰ ਕਰਾਂ ਅਲੱਗ ਕਰਕੇ ਥੋੜਾ ਵਧੀਆ ਮਾਹੌਲ ਚ ਰਹਿਣ ਤਾਂ ਕਿ ਬੱਚੇ ਖੁੱਲ ਕੇ ਗੱਲ ਕਰ ਪਾਉਣ ਉਹ ਅਕਸਰ ਉਹਨਾਂ ਨੇ ਆਪਣੀ ਮੰਮੀ ਨੂੰ ਅੱਗੇ ਹੋਏ ਦੇਖਿਆ ਵਾ ਕਿਉਂਕਿ ਦੇਖੋ ਇੱਥੇ ਜਿਹੜਾ ਕਿਉਂਕਿ ਜਿੱਦਾਂ ਤੁਸੀਂ ਦੱਸਦੇ ਕਿ ਐਮਬੈਸੀ ਵਾਲੇ ਤੁਹਾਨੂੰ ਪਾਸਪੋਰਟ ਇੱਥੋਂ ਵੀ ਸਾਡੀਆਂ ਕਾਫੀ ਜਿਹੜੀਆਂ ਸੰਸਥਾਵਾਂ ਉਹ ਵੀ ਕੰਮ ਕਰ ਰਹੀਆਂ ਨੇ ਜਿਹੜੇ ਜਿਹੜੇ ਵੀ ਕਹਿੰਦੇ ਵੀ ਕਿਸੇ ਕਾਂਗਰਸਮੈਨ ਜਿਹੜੇ ਕਾਂਗਰਸਮੈਨ ਵਗੈਰਾ ਉਹਨਾਂ ਦੇ ਕੋਲ ਵੀ ਅਪਰੋਚ ਕੀਤੀ ਹੈ ਜਿੱਦਾਂ ਹੁਣ ਇਹ ਸੰਜੀਵ ਜੀ ਵੀ ਉਹ ਵੀ ਕਹਿੰਦੇ ਸੀ ਕੀਤੀ ਹੈ ਸਾਡੇ ਨਾਲ ਕੰਗ ਸਾਹਿਬ ਤੁਸੀਂ ਲਾਈਨ 'ਤੇ ਜੇ ਤੁਸੀਂ ਸਾਡੇ ਨਾਲ ਸਿੱਖ ਕਲਚਰ ਸੋਸਾਇਟੀ ਤੋਂ ਜਿਹੜੇ ਹਿਊਮਨ ਰਾਈਟਸ ਦੇ ਚੇਅਰਮੈਨ ਨੇ ਗੁਰਦੇਵ ਸਿੰਘ ਗਾਂਧੀ ਇਸ ਟਾਈਮ ਲਾਈਨ 'ਤੇ ਇਹ ਵੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਤਰੀਕੇ ਨਾਲ ਕੇਸ ਰਜਿਸਟਰ ਕੀਤਾ ਜਾਵੇ ਅਤੇ ਉਹਨਾਂ ਨੂੰ
ਉੱਥੋਂ ਵੀਜ਼ਾ ਦਿੱਤਾ ਜਾਵੇ। ਕੰਗ ਸਾਹਿਬ ਤੁਹਾਡੇ ਕੋਲ ਕੀ ਅਪਡੇਟ ਜੇ ਹੁਣ ਤਾਂ ਪਹਿਲਾਂ ਫਤਿਹ ਬੁਲਾਓ ਕੁਲਦੀਪ ਕੌਰ ਜੀ, ਉਹਨਾਂ ਦੇ ਮਨਦੀਪ ਕੌਰ ਤੇ ਸਿਸਟਰ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਹ ਬੜਾ ਅਫਸੋਸ ਤੇ ਦੁਖਦਾਈ ਜੋ ਟਾਈਮ ਗੁਜ਼ਰਿਆ ਨਾ ਇਹ ਪਰਿਵਾਰ ਦੇ ਉੱਤੇ, ਉਹਦੇ ਨਾਲ ਅਸੀਂ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਪਰ ਦੂਸਰੀ ਗੱਲ ਇਹ ਆ ਕਿ ਮੇਰੀ ਇਹਨਾਂ ਨਾਲ ਅੱਗੇ ਨਹੀਂ ਗੱਲ ਹੋਈ, ਪਰ ਕਮਿਊਨਿਟੀ ਲੈਵਲ ਤੇ ਕੱਲ ਵੀ ਮੇਰੀ ਜਿਹੜਾ ਆਪਣਾ ਕਮਾਂਡਿੰਗ ਅਫਸਰ ਆ, ਕੱਲ ਵੀ ਉਹਨਾਂ ਮੀਟਿੰਗ ਹੋਈ ਆ 5:30 ਵਜੇ। ਪਰ ਜੋ ਵੀ ਅਸੀਂ ਉਸ ਲੜਕੀ ਲਈ, ਉਸ ਆਪਣੀ ਭੈਣ ਲਈ, ਉਸ ਆਪਣੀ ਬੇਟੀ ਲਈ ਜੋ ਕਰ ਰਹੇ ਆ, ਅਸੀਂ ਇਹ ਵੱਧ ਤੋਂ ਵੱਧ ਜ਼ੋਰ ਲਾਉਂਦੇ ਹਾਂ ਕਿ ਉਹਨੂੰ ਆਪਣਾ ਉਹ ਇਨਸਾਫ ਮਿਲੇ, ਤਾਂ ਕਿ ਉਹਦੇ ਘਰ ਵਾਲੇ ਦਾ ਉਹਦਾ ਜ਼ਿੰਮੇਵਾਰ ਆ, ਉਹਦਾ ਘਰ ਵਾਲਾ ਉਹਦੇ ਉਹਦੀ ਮਤਲਬ ਕਿ ਉਹਨੂੰ ਸੁਸਾਈਡ ਕਰਾਉਣ ਦੇ ਵਿੱਚ, ਕਿਉਂਕਿ ਜਦੋਂ ਕਿਸੇ ਦੇ ਇੰਨਾ ਚਿਰ ਦਾ ਕੋਈ ਤਸ਼ੱਦਦ ਹੁੰਦਾ ਹੋਵੇ। ਪਰ ਮੈਨੂੰ ਇਸ ਗੱਲ ਦਾ ਅਫਸੋਸ ਵੀ ਆ ਕਿ ਉਹ ਇੱਕ ਪੜ੍ਹੀ ਲਿਖੀ ਲੜਕੀ ਸੀ ਸਾਡੀ, ਉਹ ਗੁਰਦੁਆਰਾ ਸਾਹਿਬ ਸੁਣਦੀ ਸੀ, ਉਹਨੂੰ ਥੋੜ੍ਹਾ ਬਹੁਤਾ ਜਿਹੜੀਆਂ ਸਾਡੀਆਂ ਟੀਚਰਾਂ ਸੀਗੀਆਂ, ਉਹ ਇੱਕ ਮਹੀਨਾ ਲਗਾਤਾਰ ਆਪਣੀ ਬੇਟੀ ਨੂੰ ਲੈ ਕੇ ਆਉਂਦੀ ਰਹੀ ਆ ਗੁਰੂ ਘਰ ਦੇ ਵਿੱਚ, ਉਹ ਕਲਾਸਾਂ ਚੱਲਦੀਆਂ ਸੀ ਗੁਰਮੁਖ ਕਿੰਤ ਦੀਆਂ, ਉਹਨੂੰ ਜ਼ਰੂਰ ਉਹ ਸ਼ੇਅਰ ਕਰਨੀ ਚਾਹੀਦੀ ਸੀ ਆਪਣੀ ਜਿਹੜੀ ਉਹ ਹਾਲਤ ਹੁੰਦੀ ਸੀ, ਉਹਨੂੰ ਸ਼ੇਅਰ ਕਰਨਾ ਚਾਹੀਦਾ, ਜਾਂ ਪ੍ਰਿੰਸੀਪਲ ਨਾਲ ਸ਼ੇਅਰ ਕਰਦੀ, ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ੇਅਰ ਕਰਦੀ, ਜਾਂ ਆਪਣੀਆਂ ਭੈਣਾਂ ਨਾਲ ਸ਼ੇਅਰ ਕਰਦੀ ਉੱਥੇ ਗੁਰਦੁਆਰੇ, ਤਾਂ ਕਿ ਇਸ ਚੀਜ਼ ਨੂੰ ਟਾਲਿਆ ਜਾ ਸਕਦਾ ਸੀ। ਉਹਦੇ ਵਿੱਚ ਇਹਦੇ ਚ ਇਹ ਆ ਕਿ ਅਸੀਂ ਹੁਣ ਇੱਕੋ ਹੀ ਇਸ਼ੂ ਰੱਖਿਆ, ਕੱਲ ਵੀ ਮੈਂ ਪੁਲਿਸ ਕਮਿਸ਼ਨਰ ਨੂੰ, ਮੈਨੂੰ ਆਪਣੇ ਸੀਓ ਨੂੰ ਇਹੋ ਰੱਖਿਆ। ਉੱਥੇ ਅਸੀਂ 5-4 ਜਾਣੇ ਸੀਗੇ, ਉੱਥੇ ਗਿਆਨੀ ਰਣਜੀਤ ਸਿੰਘ ਵੀ ਬੈਠਾ ਸੀ, ਹਰਪਾਲ ਸਿੰਘ ਢਿੱਲੋਂ ਵੀ ਬੈਠਾ ਸੀ, ਜਤਿੰਦਰ ਗੋਪਾਲਾ ਵੀ ਬੈਠਾ ਸੀ, ਮੈਂ, ਕਿਉਂਕਿ ਮੈਂ ਪਹਿਲਾਂ ਉਹਨੂੰ ਗੁਰਦੁਆਰੇ ਸੱਦਿਆ ਸੀ, ਕਿਉਂਕਿ ਉਹ ਇਸ ਕਰਕੇ ਸੱਦਿਆ ਕਿ ਸਾਡੀ ਜਿਹੜੀ ਕਮਿਊਨਿਟੀ ਆ, ਅਸੀਂ ਜੋ ਇਹ ਟ੍ਰੈਜਡੀ ਹੋਈ ਆ ਉਹ ਸਾਡੀ ਕਮਿਊਨਿਟੀ ਨਾਲ ਵਾਪਰੀ ਆ, ਤੇ ਅਸੀਂ ਇਹੋ ਜਿਹਾ ਕੰਮ ਜਿਹੜੇ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਫਿਊਚਰ ਆਉਣ ਵਾਲੇ ਸਮੇਂ ਚ ਇਹੋ ਜਿਹਾ ਨਾ ਕੋਈ ਨੈਵਰ ਐਵਰ ਅਗੇਨ ਹੈਪਨ, ਰੋਕਣਾ ਚਾਹੁੰਦੇ ਆ ਕਦੇ ਇਹੋ ਜਿਹਾ ਕਿਸੇ ਨਾਲ ਨਾ ਹੋਵੇ। ਤੁਸੀਂ ਉੱਥੇ ਆਓ ਤੇ ਅਸੀਂ ਜਿਹੜੀਆਂ ਸਾਡੇ ਹੋਰ ਵੀ ਕੋਈ ਹੈਗੀਆਂ ਜਾਂ ਜਿਹੜੀਆਂ ਕੁਐਸਚਨ ਆ ਸਾਡੀ ਕਮਿਊਨਿਟੀ ਦੇ ਲੜਕੀਆਂ ਦੇ ਜਾਂ ਜਨਾਨੀਆਂ ਦੇ, ਜਾਂ ਉਹ ਅਸੀਂ ਤੁਹਾਡੇ ਨਾਲ ਬਹਿ ਕੇ ਇੱਕ ਸੈਕਰਟ ਰੂਮ ਦੇ ਵਿੱਚ ਉਹਨਾਂ ਦੇ ਜਵਾਬ ਦਿਓ, ਤੁਸੀਂ ਪਰਿਵਾਰ ਨੂੰ ਵੀਜ਼ਾ ਮਿਲਦਾ ਉਹ ਪਰਿਵਾਰ ਇੱਥੇ ਆਉਂਦਾ, ਫਿਰ ਉਹ ਪਰਿਵਾਰ ਦੀ ਚੋਇਸ ਆ ਕਿ ਉਹ ਫਿਊਨਰਲ ਇੱਥੇ ਕਰਨਾ ਚਾਹੁੰਦੇ ਆ ਜਾਂ ਇੰਡੀਆ ਲੈ ਕੇ ਜਾਣਾ ਚਾਹੁੰਦੇ ਨੇ। ਜੇ ਉਹ ਪਰਿਵਾਰ ਇੱਥੇ ਨਹੀਂ ਪਹੁੰਚਦਾ, ਇਹ ਵੀ ਉਹਦੀ ਜਿਹੜੀ ਆ ਇਹ ਮਨਦੀਪ ਕੌਰ ਦੀ ਜਿਹੜੀ ਉਹ ਬੋਡੀ ਆ ਉਹਨੂੰ ਫਿਰ ਅਸੀਂ ਇੱਥੇ ਨਹੀਂ ਫਿਊਨਰਲ ਕਰਨ ਦੇਣਾ ਚਾਹੁੰਦੇ, ਅਗਰ ਅਸੀਂ ਫਿਰ ਉਹਨਾਂ ਦੇ ਪੇਰੈਂਟਸ ਨੂੰ ਬੁਲਾਉਣੀ ਚਾਹੁੰਦੇ ਹਾਂ ਪਿੱਛੇ। ਕੰਗ ਸਾਹਿਬ ਇੱਥੇ ਇੱਕ ਕਾਨੂੰਨੀ ਗੱਲ ਇਹ ਵੇ ਕਿ ਆਪਾਂ ਇਹ ਵੀ ਦੇਖਣਾ ਕਿ ਜਿੰਨਾ ਚਿਰ ਉਹਦੇ ਉੱਤੇ ਰਣਜੋਤ ਦੇ ਉੱਤੇ ਜਿਹੜਾ ਚਾਰਜ ਨਹੀਂ ਲੱਗਦਾ, ਜਿੰਨਾ ਚਿਰ ਉਹਦੇ ਚਾਰਜ ਨਹੀਂ ਲੱਗਦਾ ਤੇ ਜਿਹੜੇ ਸਭ ਤੋਂ ਵੱਧ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਨਾ ਆਪਣੀ ਵਾਈਫ ਦੇ, ਇਹ ਵੀ ਆਪਾਂ ਨੂੰ ਗੱਲ ਜਿਹੜੀ ਦੇਖਣੀ ਪੈਣੀ ਇਹਦਾ ਕੀ ਹੈ। ਉਹਦਾ ਇਹ ਆ ਕਿ ਉਹਨੂੰ ਉਹ ਆਪਣੇ ਨਾਲ ਪੁਲਿਸ ਡਿਪਾਰਟਮੈਂਟ ਇਸ ਚੀਜ਼ ਆਪਣੇ ਨਾਲ ਕੋਆਪਰੇਟ ਕਰਦਾ, ਉਹ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਸਾਡੇ ਕਲਚਰ ਦੇ ਮੁਤਾਬਕ ਜਿਹੜਾ ਬੰਦਾ ਕਿਸੇ ਦਾ ਕਿਲਰ ਹੋਵੇ ਨਾ, ਜੋ ਮੈਂ ਕੱਲ ਪੁਲਿਸ ਉਹਨੂੰ ਦੱਸਿਆ ਪੁਲਿਸ ਡਿਪਾਰਟਮੈਂਟ, ਜਿਹੜਾ ਕੋਈ ਕਿਸੇ ਦਾ ਕਿੱਧਰ ਹੋਵੇ ਜਿਹਨੂੰ ਕਸੂਰਵਾਰ ਚਲਿਆ ਜਾਂਦਾ ਹੋਵੇ, ਸਾਡਾ ਕਲਚਰ ਸਾਡਾ ਸਮਾਜ ਅਲਾਊ ਨਹੀਂ ਕਰਦਾ ਕਿ ਉਹ ਬੰਦਾ ਉਸ ਦਾ ਫਿਊਨਰਲ ਕਰੇ, ਭਾਵੇਂ ਉਹਦਾ ਇਮੀਡੀਏਟ ਫੈਮਿਲੀ ਮੈਂਬਰ ਹੋਵੇ। ਇਸ ਕਰਕੇ ਅਸੀਂ ਜਿਹੜੇ ਆ ਇਹ ਹੱਕ ਜਿਹੜੇ ਆ ਇਹ ਜੇ ਨਹੀਂ ਤੇ ਫਿਰ ਉਹਦੇ ਪੇਰੈਂਟਸ ਤੋਂ ਜਾਣਗੇ। ਪਰ ਪੁਲਿਸ ਨੇ ਅਜੇ ਤੱਕ ਉਹਨਾਂ ਨੂੰ ਕਿਲਰ ਮੰਨਿਆ ਨਹੀਂ, ਜੇ ਮੰਨਿਆ ਹੁੰਦਾ ਤੇ ਹੁਣ ਤੂੰ ਕੇਸ ਰਜਿਸਟਰ ਹੋ ਜਾਣਾ ਹੈ। ਮੈਂ ਤੁਹਾਡੀ ਪੁਲਿਸ ਨੇ ਉਹਨੂੰ ਅਬਿਊਜ਼ਰ ਮੰਨਿਆ ਵਾ। ਹਾਂ ਅਬਿਊਜ਼ਰ ਮੰਨਿਆ ਨਾ, ਡੋਮੈਸਟਿਕ ਵਾਲੇ ਚ ਅਸੀਂ ਉਹਨਾਂ ਨੂੰ ਉਹ ਵੈਸੇ ਚਲੋ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਆ,
ਕਿ ਉਹਨਾਂ ਦੇ ਡਿਪਾਰਟਮੈਂਟ ਕਰਦੇ ਨੇ, ਪਰ ਮੈਂ ਇਨੀ ਇਸ ਕਰਕੇ 102 ਕੈਬਲਨ ਦਾ ਜਿਹੜਾ ਸਾਡਾ ਸੀਓ ਕਮਾਂਡਿੰਗ ਆ ਇਹਨਾਂ ਦਾ ਥੈਂਕਫੁਲ ਵੀ ਆ। ਹਾਂਜੀ ਉਹ ਇਨਸਾਨ ਹਿਊਮਨ ਤੌਰ ਤੇ ਇੱਕ ਫੈਮਿਲੀ ਦੇ ਤੌਰ ਤੇ ਬਹੁਤ ਵੱਧ ਵਰਕ ਕਰ ਰਿਹਾ ਵਾ, ਕਿਉਂਕਿ ਜਿਹੜਾ ਉਹਨੂੰ ਵੀ ਪਤਾ ਕਿ ਮੇਰਾ ਰੀਸੈਂਟ ਵਾ ਮੈਂ ਇਹ ਜਿਹੜਾ ਵੀ ਇੱਕ ਕਿਸਮ ਦਾ, ਉਹ ਕਹਿੰਦਾ ਮੈਂ ਇਹ ਵੀ ਨੀ ਚਾਹੁੰਦਾ ਕਿ ਐਵੇਂ ਮਾੜੇ ਮੋਟੇ ਚਾਰਜ ਲਾ ਕੇ ਅਸੀਂ ਪੁਲਿਸ ਡਿਪਾਰਟਮੈਂਟ ਵਾਲੇ ਇਹਨੂੰ ਕਰੀਏ ਤੇ ਕੇਸ ਚਕਾਲਾ ਦੇ ਬਾਹਰ ਆ ਜਾਏ। ਅਗਰ ਠੀਕ ਹੈ ਜੀ, ਕਿਉਂਕਿ ਹੁਣ ਇਹਨਾਂ ਦਾ ਸਾਰਾ ਜਿਹੜਾ ਪਰਿਵਾਰ ਦਾ ਜਿਹੜਾ ਸਾਰਾ ਡਾਇਰੈਕਟ ਗੱਲ ਉਹਨਾਂ ਦੇ ਨਾਲ ਹੋ ਰਹੀ ਹੈ, ਇਹ ਪਰਿਵਾਰ ਦੇ ਨਾਲ ਪੂਰੇ ਨਾਲ ਮੇਰੇ ਨਾਲ ਕੁਲਦੀਪ ਕੌਰ ਵੀ ਲਾਈਨ 'ਚ ਨੇ, ਉਹ ਸਾਰੇ ਉਹ ਕਹਿੰਦੇ ਵੀ ਸਾਨੂੰ ਸਾਰਾ ਜਿਹੜਾ ਅਪਡੇਟ ਉਹ ਹੀ ਦਿੱਤਾ ਜਾ ਰਿਹਾ ਵੀ ਸਰ। ਹਾਂਜੀ ਕਿਉਂਕਿ ਸਾਰੀ ਇਸ ਟਾਈਮ ਸਾਰੀ ਆਪਣੀ ਕਮਿਊਨਿਟੀ ਇਸ ਟਾਈਮ ਮਨਦੀਪ ਕੌਰ ਦੇ ਦੁੱਖ ਦੇ ਵਿੱਚ ਉਹਦੇ ਖਿਲਾਫ ਹੈ। ਕਿਉਂਕਿ ਹੁਣ ਇਹਨਾਂ ਨੂੰ ਬੱਚਿਆਂ ਦੇ ਨਾਲ ਵੀ ਇਹਨਾਂ ਦੀ ਇਹਨਾਂ ਦੇ ਕਿਰਾਏ ਤੇ ਰਿਹਾ। ਹਾਂਜੀ ਇਹਨਾਂ ਦੇ ਘਰ ਕਿਰਾਏ ਤੇ ਰਿਹਾ, ਕਿਉਂਕਿ ਹੁਣ ਦੇਖੋ ਕੰਮ ਸਰ ਇੱਥੇ ਦੋ ਗੱਲਾਂ ਆ ਜਾਂਦੀਆਂ ਨਾ। ਹੁਣ ਇੱਕ ਪਾਸੇ ਆਪਾਂ ਇਮੋਸ਼ਨਲ ਹੋ ਗਿਆ, ਆਪਾਂ ਸਾਰੀ ਕਮਿਊਨਿਟੀ ਇਸ ਟਾਈਮ ਬੜੀ ਇਮੋਸ਼ਨਲ ਵੀ ਹੈ, ਆਪਾਂ ਡੈਮੋਸਟ੍ਰੇਸ਼ਨਾਂ ਵੀ ਕਰਦੇ ਹਾਂ, ਅਸੀਂ ਸਾਰੇ ਇੱਕਦਮ ਚਾਹੁੰਦੇ ਹਾਂ ਕਿ ਸਾਡੇ ਹੱਥ ਹੋਵੇ ਤੇ ਅਸੀਂ ਅੱਜ ਹੀ ਸਜ਼ਾ ਦੇ ਦਈਏ, ਹੈ ਨਾ। ਸਾਡੀ ਕਮਿਊਨਿਟੀ ਸਜ਼ਾ ਆਪਣੀ ਸੁਣਾ ਚੁੱਕੀ ਹੈ ਵੀ ਕੀ ਸਜ਼ਾ ਇਸ ਟਾਈਮ ਹੋਣੀ ਚਾਹੀਦੀ ਹੈ ਜੋ ਦੀ, ਪਰ ਦੂਸਰੇ ਪਾਸੇ ਸਾਨੂੰ ਜਿਹੜਾ ਕਾਨੂੰਨ ਹੈ, ਜਦੋਂ ਜਦ ਸਾਨੂੰ ਕਾਨੂੰਨ ਦੇਖਣਾ ਪੈਂਦਾ, ਅਸੀਂ ਕਾਨੂੰਨ ਦੇ ਅੱਗੇ ਅਸੀਂ ਕੁਛ ਵੀ ਨਹੀਂ ਕਰ ਸਕਦੇ, ਅਸੀਂ ਜੋ ਮਰਜ਼ੀ ਕਰੀ ਜਾਈਏ। ਪਰ ਹੁਣ ਅਸੀਂ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਸਿਰਫ ਚੰਗਾ ਵਕੀਲ ਆਪਣੇ ਜਿਹੜੇ ਇੱਥੋਂ ਦੇ ਹੈਗੇ ਨਾ ਓਫੀਸ਼ੀਅਲ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ, ਪਰ ਜਿੰਨਾ ਚਿਰ ਕਾਨੂੰਨ ਦੇ ਸਕੰਜੇ ਦੇ ਵਿੱਚ ਉਹ ਨਹੀਂ ਆ, ਕਾਨੂੰਨ ਦੇ ਸਕੰਜੇ ਦੇ ਰਣਜੋਤ ਵੀਰ ਜਿੰਨਾ ਚਿਰ ਨਹੀਂ ਆ ਜਾਂਦਾ, ਉਹਨਾਂ ਚਿਰ ਆਪਣਾ ਕਮਿਊਨਿਟੀ ਸਾਰੀ ਜਿਹੜੀ ਹੈ ਉਹਨਾਂ ਚਿਰ ਬੇਵੱਸ ਜੀ ਹੋਈ ਬੈਠੀ ਹੈ। ਪਰਿਵਾਰ ਇੱਥੇ ਆ ਜਾਂਦਾ, ਪਰਿਵਾਰ ਦਾ ਡਿਸੀਜਨ ਆ, ਨਹੀਂ
ਬਿਲਕੁਲ ਹਰ ਇੱਕ ਭੈਣ ਭਰਾ ਦਾ ਇਹੀ ਹੁੰਦਾ ਵਾ ਕਿ ਆਖਰੀ ਵੇਲੇ ਤਾਂ ਦੇਖ ਲਈਏ ਫਿਰ ਕਿਹੜਾ ਦੁਨੀਆਂ ਤੇ ਆਉਣਾ। ਹਾਂਜੀ 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 ਤੇ ਮੇਰੇ ਮੰਮੀ ਡੈਡੀ ਔਰ ਮੈਂ ਅਸੀਂ ਚਾਹੁੰਦੇ ਆ ਕਿ ਅਸੀਂ ਆਖਰੀ ਵਾਰੀ ਦੇਖ ਪਾਈਏ। ਅਗਰ ਤੇ ਸਾਨੂੰ ਅਮੈਰੀਕਾ ਦਾ ਵੀਜ਼ਾ ਮਿਲਦਾ ਵਾ ਔਰ ਬੱਚਿਆਂ ਦੀ ਕਸਟਡੀ ਦੇ ਅਸੀਂ ਇੱਥੇ ਕੇਸ ਲੜ ਪਾਈਏ ਤੇ ਵਧੀਆ ਵਾ। ਇਹ ਨੀ ਆ ਕਿ ਸਾਨੂੰ ਕੱਲੀ ਮੇਰੀ ਸਿਸਟਰ ਦੀ ਬੋਡੀ ਹੀ ਇੰਡੀਆ ਚਾਹੀਦੀ ਆ, ਅਸੀਂ ਬੱਚੇ ਵੀ ਇੰਡੀਆ ਚਾਹੁੰਦੇ ਆ। ਅਗਰ ਉਹ ਬਾਹਰ ਆ ਨਹੀਂ ਸਜ਼ਾ ਹੁੰਦੀ ਜਾਂ ਅੰਦਰ ਨੀ ਜਾਂਦਾ ਓਨਾ ਚਿਰ ਉਸ ਬੱਚੇ ਨੀ ਕੋਈ ਵੀ ਲੈ ਸਕਦਾ ਕਿਉਂਕਿ ਬੱਚਿਆਂ ਦਾ ਕੁਝ ਅੱਜ ਕੱਲ ਉਹ ਕੋਈ ਗਲਤੀ ਨੀ ਕਰਦਾ ਕੋਈ ਮੈਂ ਦੱਸਣਾ ਨੀ ਚਾਹੁੰਦਾ ਪਰਿਵਾਰ ਦੇ ਆਪਣੇ ਡਿਸੀਜਨ ਆਪ ਨਾਲ ਹੋ ਗਏ ਕਮੇਟੀ ਦੀ ਸਪੋਰਟ ਤੇ ਆਈ ਹੈ ਤੁਹਾਨੂੰ ਪਰ ਤੁਸੀਂ ਆਪਣੇ ਡਿਸੀਜਨ ਆਪ ਲਓਗੇ। ਦੂਜੀ ਗੱਲ ਜਿਹੜੀ ਸਾਰੀ ਸੰਗਤ ਉੱਥੇ ਆਏਗੀ ਉਦੋਂ ਬਾਅਦ ਉਹਦਾ ਖੰਡ ਪਾਠ ਗੁਰਦੁਆਰਾ ਸਾਹਿਬ ਰਖਾਇਆ ਜਾਏਗਾ ਬਿਲਕੁਲ ਬਿਲਕੁਲ। ਬਾਕੀ ਦੇਖੋ ਜੀ ਆਪਾਂ ਜੇ ਐਜ਼ ਅ ਹਿਊਮਨ ਬੀਇੰਗ ਦੇਖੀਏ ਜਿੱਦਾਂ ਦੀਆਂ ਉਹਦੀਆਂ ਵੀਡੀਓ ਸਾਹਮਣੇ ਆਈਆਂ ਨਾ ਜਿੱਦਾਂ ਦੇ ਉਹ ਮਗਰਮੱਛਾਂ ਵਾਲੇ ਹੰਝੂਆਂ ਵਾਲੀ ਜਿਹੜੀ ਗੱਲ ਕਰ ਰਿਹਾ ਉਹਦਾ ਉਹਦੇ 'ਚ ਹਿਊਮਨ ਵਾਲੀ ਤਾਂ ਗੱਲ ਕੋਈ ਲੱਗਦੀ ਹੀ ਨਹੀਂ ਗੀ ਜਿੱਦਾਂ ਦੀਆਂ ਵੀਡੀਓ ਸਾਹਮਣੇ ਆਏ। ਕੁੜੀਆਂ ਨੂੰ ਕੀ ਕਰ ਰਿਹਾ, ਬੱਚਿਆਂ ਨੂੰ ਕੀ ਕਰ ਰਿਹਾ, ਉਹਨੇ ਉੱਥੇ ਆ ਕੇ ਕਰਨਾ ਕੀ ਹੈ ਜਿੰਨੇ ਉਹਨੂੰ ਇੰਨੇ ਦੁੱਖ ਦੇ ਕੇ ਇੰਨਾ ਸਭ ਕੁਛ ਕਰ ਦਿੱਤਾ। ਹੁਣ ਤਾਂ ਇੱਕ ਦਿਖਾਵੇ ਦੇ ਤੌਰ 'ਤੇ ਕਿਉਂਕਿ ਉਹ ਦਿਖਾਵੇ ਦੇ ਤੌਰ 'ਤੇ ਕਿਸੇ ਨਾ ਕਿਸੇ ਤੱਕ ਜਿਹੜਾ ਮੈਂ ਸੋਸ਼ੀਅਲ ਇਹਦਾ ਬਾਈਕਾਟ ਸਾਰੀ ਕਮਿਊਨਿਟੀ ਉਹਦੇ ਖਿਲਾਫ਼ ਹੋਈ ਫਿਰਦੀ ਹੈ, ਕਿਸੇ ਦੇ ਸਾਹਮਣੇ ਉਹ ਫੇਸ ਨਹੀਂ ਕਰ ਸਕਦਾ ਅਤੇ ਫਿਊਨਰਲ ਦੇ ਆ ਕੇ ਜਿੰਨੇ ਉਹਨੂੰ ਇੰਨਾ ਦੁਖੀ ਕੀਤਾ ਕਿ ਆਪਣੀ ਉਹ ਜਾਨ ਗਵਾ ਬੈਠੀ, ਉਹ ਦੁਨੀਆਂ ਤੋਂ ਚਲ ਗਈ, ਪਤਾ ਨਹੀਂ ਉਹ ਵੀ ਕਿਉਂ ਸੋਚਦਾ ਹੋਵੇਗਾ ਕਿ ਮੈਂ ਫਿਊਨਰਲ 'ਤੇ ਆ ਕੇ ਕੀ ਕਰ ਲੈਣਾ। ਉਹਨੂੰ ਤਾਂ ਸਗੋਂ ਚੁੱਪ ਕਰਕੇ ਉਹਨੂੰ ਚਾਹੀਦਾ ਵੀ ਹੁਣ ਵੇਟ ਕਰੇ ਇਹਦੀ ਸਰਕਾਰ ਜੋ ਇੱਥੋਂ ਦੀ ਜਿਹੜੀ ਪੁਲਿਸ ਜੋ ਕਰਦੀ ਹੈ ਜੋ ਦਿੰਦੀ ਹੈ ਬੱਚੀਆਂ ਜਿਹੜੀਆਂ ਬੱਚੀਆਂ ਹਨ ਕਿਉਂਕਿ ਉਹਦੇ ਕੋਲ ਜਿਹੜਾ ਪਰਿਵਾਰ ਸੋਚਦਾ ਕਿ ਬੱਚੀਆਂ ਸੇਫ ਨਹੀਂ ਹੈਗੀਆਂ, ਸੋ ਬੱਚੀਆਂ ਜਿਹੜੀਆਂ ਉਹ ਵੀ ਉਹਦਾ ਆਪਣੇ ਜਿਹੜਾ ਦੂਜਾ ਪਰਿਵਾਰ ਹੈ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਕਿਉਂਕਿ ਇਟਸ ਨਾਟ ਈਜ਼ੀ ਸੀ ਜੀ ਟੂ ਸੇ ਕਾਨੂੰਨੀ ਕਾਨੂੰਨੀ ਤਰੀਕੇ ਦੇ ਨਾਲ ਇਹ ਤੁਹਾਡੇ ਮੈਨੂੰ ਪਤਾ ਕਿ ਇੱਥੇ ਜਿਹੜੇ ਹਸਬੈਂਡ ਵਾਈਫ ਦੇ ਜਿਹੜੇ ਇੱਕ ਰਾਈਟਸ ਨੇ ਅਸੀਂ ਉਹਨਾਂ ਤੋਂ ਵੀ ਨਾ ਮੁਨਕਰ ਨਹੀਂ ਹੋ ਸਕਦੇ, ਉਹ ਵੀ ਇੱਕ ਇਸ ਗੱਲ ਦੇ ਵਿੱਚ ਅੜਿੱਕਾ ਹੈ। ਸੋ ਇਟਸ ਟੂ ਮੈਨੀ ਥਿੰਗਸ ਇਨਵੋਲਵ ਇਹਦੇ ਵਿੱਚ ਹੁਣ। ਹਾਂਜੀ ਹਾਂਜੀ ਬੇਨਤੀ ਕਰਦਾ ਮੇਰਾ ਸਹਿਯੋਗ ਦਿਓ
ਕਈ ਵਾਰੀ ਕੀ ਹੁੰਦਾ ਵੀ ਅਸੀਂ ਟੀਵੀ ਤੇ ਬੋਲ ਜਾਂਦੇ ਆ, ਮਜ਼ਾਰਿਆਂ ਚ ਬੋਲ ਜਾਂਦੇ, ਮੁੜ ਕੇ ਮੇਰੇ ਕੋਲ ਕੋਈ ਵੀ ਨੀ ਆਉਂਦਾ, ਮੈਂ ਇਕੱਲਾ ਹੀ ਹੁੰਦਾ ਜੀ। ਆਪਣਾ ਪ੍ਰਧਾਨ ਦਵਿੰਦਰ ਸਿੰਘ ਅਸੀਂ ਚਾਰ ਸਿਰਫ ਥਾਣੇ ਗਏ ਸੀ, ਬਾਕੀ ਸਾਡੇ ਨਾਲ ਹੋਰ ਕੋਈ ਨੀ ਸੀ। ਮੇਰਾ ਕਹਿਣ ਤੋਂ ਭਾਵ ਵੀ ਗੱਲਾਂ ਜਿਹੜਾ ਅਸੀਂ ਰਹੀਏ, ਕਿਰਪਾ ਕਰਕੇ ਮੇਰਾ ਸਹਿਯੋਗ ਇਸ ਕੰਮ ਚ ਵੀ ਆਉਣ ਵਾਲੇ ਸਮੇਂ ਚ ਦਿਓ, ਮੈਂ ਇਕੱਲਾ ਹੀ ਨਾ ਰਹਿ ਜਾ, ਕਿਉਂਕਿ ਦੁਨੀਆ ਦੇ ਮੂੰਹ ਟਕਾਉਣ ਜੋਗੇ ਨਹੀਂ ਜੀ, ਅਸੀਂ ਕਰ ਕੁਛ ਨੀ ਸਕਦੇ। ਨਹੀਂ ਨਹੀਂ ਹੁਣ ਇਹਦੇ ਵਿੱਚ ਇਹ ਵੀ ਗੱਲ ਦੇਖੋ ਕੰਗ ਸਾਹਿਬ, ਜਿੱਦਾਂ ਹੁਣ ਇਹ ਸਾਰਾ ਉਹਨਾਂ ਦੇ ਪਰਿਵਾਰ ਨੇ ਵੀ ਇਹਨਾਂ ਨੂੰ ਸਾਰਾ ਅਧਿਕਾਰ ਦਿੱਤਾ ਵੀ ਜੋ ਤੁਸੀਂ ਕਰ ਰਹੇ ਹੋ ਕੁਲਦੀਪ ਕੌਰ ਜੀ ਸਾਡੇ ਨਾਲ, ਪਰ ਹੁਣ ਦੂਸਰੇ ਪਾਸੇ ਕਈ ਵਾਰੀ ਆਪਣਾ ਬੰਦਾ 100-100 ਮਿਹਨਤ ਕਰਦਾ, ਕੰਮ ਕਰਦਾ, ਪਰ ਹਰ ਕਮਿਊਨਿਟੀ ਨੂੰ ਹਰ ਇੱਕ ਬੰਦਾ, ਬਾਬਾ ਨਾਨਕ ਵੀ ਸਾਰਿਆਂ ਨੂੰ ਖੁਸ਼ੀ ਸ਼ਬਦ ਤੇ ਇੱਥੇ ਵਰਤਣਾ ਨਹੀਂ ਚਾਹੀਦਾ, ਉਹ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਉਹ ਕਹਿੰਦੇ ਕਿ ਜੇ ਕੱਲ੍ਹ ਨੂੰ ਕਿਸੇ ਨੇ ਕਰ ਦਿੱਤਾ ਤਾਂ ਕਮਿਊਨਿਟੀ ਨੂੰ ਇਹ ਪਤਾ ਹੋਣਾ ਚਾਹੀਦਾ, ਕਿਉਂਕਿ ਹਸਬੈਂਡ ਦੇ ਰਾਈਟਸ ਇਸ ਦੇ ਬਾਰੇ ਵੀ ਸਾਨੂੰ ਅਵੇਅਰ ਹੋਣਾ ਚਾਹੀਦਾ, ਕਿਉਂਕਿ ACS ਜਿਹੜਾ ਡਿਪਾਰਟਮੈਂਟ ਵਿੱਚ ਉਹ ਉਹਨਾਂ ਨੂੰ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਚ ਕਰ ਰਹੇ ਸਨ, ਉਹਨਾਂ ਦੇ ਘਰ ਆ ਰਹੇ ਸਨ, ਉਹਨਾਂ ਨੂੰ ਆਪਣੇ ਉਹ ਤਰੀਕੇ ਦੱਸ ਰਹੇ ਸਨ ਕੀ ਕਰਨਾ। ਸੋ ਵੀ ਹੈਵ ਟੂ ਬੀ ਅਵੇਅਰ, ਸਾਨੂੰ ਇਹਨਾਂ ਚੀਜ਼ਾਂ ਪਰ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈ। ਹੁਣ ਆਪਾਂ ਜਿੱਦਾਂ ਦੂਸਰੇ ਤੀਸਰੇ ਦਿਨ ਅੱਜ ਕੱਲ੍ਹ ਪਾਰਕ ਦੇ ਵਿੱਚ ਕਦੇ 100 ਕਿਤੇ 200 ਆਪਾਂ ਜਿਹੜੀ ਡੈਮੋਸਟ੍ਰੇਸ਼ਨ ਕਰਦੇ ਹਾਂ, ਚਲੋ ਇਸ ਓਕੇ, ਉਹ ਸਾਰਿਆਂ ਨੂੰ ਦੁੱਖ ਕਰਨੀ ਚਾਹੀਦੀ ਹੈ, ਪਰ ਆਪਾਂ ਕਾਨੂੰਨੀ ਤਰੀਕੇ ਦੇ ਨਾਲ ਇੱਕ ਟੀਮ ਬਣਾ ਕੇ ਸਾਰੇ ਜਣੇ, ਇੱਕ ਜਾਂ ਦੋ ਬੰਦਾ ਜਿਹੜੇ ਉਹਨੂੰ ਸਾਰੇ ਨੂੰ ਗਾਈਡ ਕਰਨ, ਇਹ ਨਾ ਹੋਏ ਸਾਰੇ ਆਪਣੇ ਆਪਣੇ ਵੱਖਰੇ ਵੱਖਰੇ ਰਾਹ, ਪਤਾ ਹੀ ਨਾ ਹੋਵੇ ਕੀ ਹੋ ਰਿਹਾ। ਸੋ ਸਾਰੇ ਜਣੇ ਇਸ ਗੱਲ ਦਾ ਵੀ ਆਪਾਂ ਨੂੰ ਬੜਾ ਧਿਆਨ ਦੇਣ ਦੀ ਲੋੜ ਹੈ, ਕਿਤੇ ਉਹ ਆਪਣੇ ਤਰੀਕੇ ਦੇ ਨਾਲ ਨਾ ਕੋਈ ਆਪਣਾ ਰਾਈਟ ਯੂਜ਼ ਕਰ ਜਾਵੇ। ਬਾਜਵਾ ਸਾਹਿਬ, ਮੈਂ ਇੱਕ ਹੋਰ ਬੇਨਤੀ ਕਰਾਂ। ਹਾਂਜੀ, ਸਾਡੇ ਇਸ ਇਲਾਕੇ ਨਾ ਕੰਗ ਸਾਹਿਬ ਤੇ ਧਨੋ ਸਾਹਿਬ ਹੀ ਮੁੱਖ ਬੰਦੇ ਹੈਗੇ ਆ। ਹਾਂਜੀ, ਇਹ ਜੇ ਚਾਹੁਣ ਤੇ ਮੈਨੂੰ ਨਾਲ ਪਾਲਣ, ਨਹੀਂ ਤੇ ਕੋਈ ਕੋਈ ਕਮੇਟੀ ਬਣਾਉਣ ਵੀ ਜੋ ਕੁਝ ਕਰਨਾ ਉਸ ਕਮੇਟੀ ਨੇ ਕਰਨਾ, ਮੈਂ ਹੱਥ ਬੰਨ ਕੇ ਨਾਲ ਹਾਜ਼ਰ ਹੋਊਗਾ, ਜੋ ਮੈਨੂੰ ਹੁਕਮ ਕਰਨਗੇ ਮੈਂ ਪੁੱਛਦਾ। ਕੰਗ ਸਾਹਿਬ, ਹਾਂਜੀ, ਮਤਲਬ ਉਹ ਕਹਿੰਦੇ ਵੀ ਆਪਾਂ ਭਾਵੇਂ ਇੱਕ ਕਮੇਟੀ ਜਾਂ ਦੋ ਤਿੰਨ ਬੰਦੇ ਤੁਸੀਂ ਹੋ, ਢਿੱਲੋਂ ਸਾਹਿਬ ਇਹ ਕਹਿੰਦੇ, ਬਾਬਾ ਰਣਜੀਤ ਸਿੰਘ ਕਹਿੰਦੇ ਵੀ ਜਿਹੜਾ ਵੀ ਕੰਮ ਸਾਰੇ ਸਾਰਿਆਂ ਨੂੰ 2-4-5 ਬੰਦਿਆਂ ਨੂੰ ਪਤਾ ਹੋਵੇ, ਸਾਰੇ ਜਣੇ ਆਪਾਂ ਇਹਨੂੰ ਕਿੱਦਾਂ ਕਵਰ ਕਰਨਾ, ਸੋ ਜੁਆਇੰਟਲੀ ਇੱਕ ਦੂਜੇ ਨਾਲ ਆਪਾਂ ਨੂੰ ਤਾਲਮੇਲ ਰੱਖਣਾ ਚਾਹੀਦਾ। ਉਹ ਤਾਂ ਮੈਂ ਬਾਬਾ ਜੀ ਨੂੰ ਕੱਲ ਵੀ ਕਿਹਾ ਸੀ, ਪਹਿਲਾਂ ਵੀ ਕਿਹਾ ਸੀ, ਬਾਬਾ ਜੀ ਵੀ ਤੁਹਾਨੂੰ ਜ਼ਿਆਦਾ ਪਤਾ ਵਾ, ਇਹ ਨਾ ਹੋਵੇ ਤੁਹਾਨੂੰ ਜਿਹੜਾ ਉਹਦੀ ਬਾਡੀ ਜਿਹੜੀ ਆ ਫੁੱਲ ਲਾਉਣ ਚੋਂ ਉਹ ਚੁੱਪ ਚਪੀ ਤੇ ਕੋਈ ਕੰਮ ਕਰ ਜਾਏ, ਪਰ ਜਦੋਂ ਸਾਨੂੰ ਪਤਾ ਲੱਗਦਾ ਫਿਰ ਅਸੀਂ ਜ਼ਿੰਮੇਵਾਰ ਆ, ਫਿਰ ਅਸੀਂ ਹੋਣੀ ਨੀ ਦੇਣਾ, ਕਿਉਂਕਿ ਕਮੇਟੀ ਪੁਲਿਸ ਵਾਲਿਆਂ ਨੂੰ ਕੱਲ ਸੱਚ ਨੀ ਕਿਹਾ ਉਹਨਾਂ ਨੂੰ, ਕਿਉਂਕਿ ਕੱਲਿਆਂ ਦੇ ਉੱਤੇ ਦੱਸੋ, ਇੱਥੇ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ, ਇਹ 4-5 ਬੰਦਿਆਂ ਦੀ ਕਮੇਟੀ ਬਣਾ ਕੇ ਸਾਰੇ ਜਣੇ ਰੱਖੋ, ਕੱਲ ਨੂੰ ਇਹ ਨਾ ਹੋਵੇ ਕੋਈ ਏਦਾਂ ਦੀ ਗੱਲ ਹੋ ਜਾਏ ਤੇ ਇੱਕ ਬੰਦਾ ਕੋਈ ਕੱਲਾ ਹੀ ਉਹਦਾ ਕਹਿਣ ਵੀ ਹਾਂ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਕਿਉਂ ਨੀ ਕੀਤਾ, ਇਹ ਗੱਲ ਕਹਿਣੀ ਚਾਹੁੰਦੇ ਹੈ ਨੀ ਬਾਬਾ ਜੀ? ਬਿਲਕੁਲ ਬਿਲਕੁਲ, ਬਹੁਤ ਜਣੀਆਂ ਹੋਰ ਵੀ ਸੰਸਥਾਂ ਇਨਵੋਲਵ ਆ ਜਿਹੜੀਆਂ ਚਾਹੁੰਦੀਆਂ ਕਿ ਇਹਨਾਂ ਦੇ ਪੇਰੈਂਟਸ ਇਹ ਲੜਕੀ ਨੂੰ ਵੀਜ਼ਾ ਮਿਲੇ ਤੇ ਇਹ ਇੱਥੇ ਆਉਣ, ਕਿਉਂਕਿ ਸਾਰੇ ਇਸ ਚੀਜ਼ ਨੂੰ ਹੈਲਪ ਕਰਨ ਤਿਆਰ ਆ, ਜਿਵੇਂ ਜਿੱਥੇ ਜਿੱਥੇ ਵੀ ਕੋਈ ਹੈਗਾ ਉਹ ਹਰ ਇੱਕ ਚੀਜ਼ ਨੂੰ ਹੈਲਪ ਕਰਨ ਤਿਆਰ ਆ, ਗੱਲਬਾਤ ਕੀਤੀ ਤੁਹਾਡੇ ਨਾਲ। ਚਲੋ ਜਦੋਂ, ਹਾਂਜੀ ਜਦੋਂ ਜਦੋਂ ਪਾਸਪੋਰਟ ਮਿਲ ਜਾਣਗੇ, ਸੋ ਰਾਈਟ ਵੇ ਤੁਸੀਂ ਦੱਸ ਦਿਓ ਫਿਰ ਜਿਹੜੀ ਅਗਲੀ ਕਾਰਵਾਈ ਹੈ ਅਪਾਇੰਟਮੈਂਟ। ਨਹੀਂ ਮੇਰਾ ਭੈਣ ਨੂੰ ਕੁਐਸਚਨ ਹੈ, ਕੁਝ ਸਰਟਨ ਡੇਟ ਦਿੱਤੀ ਹੈ ਉਹਨਾਂ ਨੇ? ਉਹਨਾਂ ਨੇ ਕੋਈ ਡੇਟ ਡੂਟ ਦਿੱਤੀ ਹੈ? ਹਾਂ, ਕਿਉਂਕਿ ਸਾਨੂੰ ਪੁਲਿਸ ਡਿਪਾਰਟਮੈਂਟ ਨੇ ਦੱਸਣਾ ਪੈਂਦਾ ਨਾ ਵੀ ਇੰਨੀ ਤਰੀਕ ਤੱਕ ਰੋਕੋ, ਕਿਉਂਕਿ ਹੁਣ ਇਹਨਾਂ ਨੇ ਜਿਹੜਾ ਫਿਊਨਰਲ ਰੋਕਿਆ ਵੀ, ਫਿਊਨਰਲ ਰੋਕਣ ਦੇ ਵਿੱਚ ਦੱਸਣਾ ਪੈਂਦਾ ਕਿ ਅਸੀਂ ਤਾਂ ਰੋਕਿਆ। ਹਾਂਜੀ, ਉਹ ਕਦੋਂ ਦੱਸਿਆ ਉਹਨਾਂ? ਹਾਂਜੀ ਦੱਸੋ, ਕੱਲ ਦੀ ਡੇਟ ਦਿੱਤੀ ਤੁਹਾਨੂੰ? ਠੀਕ ਹੈ ਠੀਕ ਹੈ, ਚਲੋ ਕੱਲ ਤੱਕ ਫਿਰ, ਕੱਲ ਸ਼ਾਮ ਤੱਕ ਪਤਾ ਲੱਗ ਜਾਏਗਾ, ਉਹ ਮਿਲ ਜਾਣਗੇ। ਚਲੋ ਆਪਾਂ ਫਿਰ ਇੱਦਾਂ ਕਰਿਓ, ਇਹ ਬਣਾ ਕੇ ਆਪਾਂ ਸਾਰੀ ਗੱਲਬਾਤ। ਹੋਰ ਕੁਲਦੀਪ ਜੀ, ਕੀ ਤੁਹਾਨੂੰ ਅਸੀਂ ਇਹ ਜ਼ਰੂਰ, ਇਸ ਦੁੱਖ ਦੇ ਵਿੱਚ ਸਾਰੀ ਕਮਿਊਨਿਟੀ ਤੁਹਾਡੇ ਦੇ ਨਾਲ ਹੈ, ਉਹ ਵਾਪਸ ਤੇ ਨਹੀਂ ਆ ਸਕਦੇ, ਪਰ ਜਿੰਨਾ ਹੁਣ ਤੁਹਾਨੂੰ ਉੱਥੇ ਬੈਠਿਆ ਦੂਰ ਜਾਂ ਸੱਤ ਸਮੁੰਦਰੋਂ ਬੈਠਿਆ, ਕਿਉਂਕਿ ਤੁਹਾਨੂੰ ਕੁਛ ਨਹੀਂ ਦਿਸ ਰਿਹਾ, ਤੁਹਾਡੀਆਂ ਅੱਖਾਂ ਸਾਹਮਣੇ
ਬਿਲਕੁਲ ਹਨੇਰਾ ਹੋਵੇ ਪਰ ਸਾਰੀ ਕਮਿਊਨਿਟੀ ਇਸ ਗੱਲ ਦੇ ਵਿੱਚ ਉਸਨੂੰ ਸਜ਼ਾ ਦਿਵਾਉਣ ਦੇ ਵਿੱਚ ਐਂਡ ਤੱਕ ਤੁਹਾਡੇ ਨਾਲ ਹੈ ਅਤੇ ਜੋ ਵੀ ਬੱਚਿਆਂ ਦੀ ਕੁਛ ਵੀ ਲੋੜ ਕਰਨਾ ਪਵੇ ਸਾਰੀ ਕਮਿਊਨਿਟੀ ਜ਼ਰੂਰ ਬਿਲਕੁਲ ਤੁਹਾਡੀ ਹਰ ਪੱਖੋਂ ਜਿਹੜੀ ਇਸ ਮਾਮਲੇ ਦੇ ਵਿੱਚ ਸਪੋਰਟ ਕਰੇਗੀ। ਕੀ ਅਖੀਰ ਦੇ ਵਿੱਚ ਤੁਸੀਂ ਕੋਈ ਹੋਰ ਆਪਣੇ ਵੱਲੋਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤੇ? ਹਾਂਜੀ ਦੇਖੋ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਸ ਡੋਮੈਸਟਿਕ ਵਾਇਲੈਂਸ ਦਾ ਕੇਸ ਆ ਤੇ ਇਹਨੂੰ ਤੁਸੀਂ ਚੁੱਕੋ ਜਿੰਨਾ ਚੁੱਕ ਸਕਦੇ ਹੋ। ਸਾਫ਼ ਸਾਫ਼ ਉਹਨੂੰ ਬਹੁਤ ਜ਼ਿਆਦਾ ਟੋਰਚਰ ਕਰਦਾ ਰਿਹਾ ਮਰਨ ਲਈ, ਤਾਂ ਹੀ ਉਹਨੇ ਅੱਜ ਇਹ ਸਟੈਪ ਚੁੱਕਿਆ। ਮੈਂ ਚਾਹੁੰਦੀ ਕੱਲ ਨੂੰ ਕੋਈ ਹੋਰ ਨਾ ਚੁੱਕੇ, ਬਸ ਮੇਰੀ ਆਹੀ ਰਿਕੁਐਸਟ ਆ ਤੇ ਮੇਰੀ ਕਹਿਣ ਨੂੰ ਇਨਸਾਫ਼ ਕਰਾਓ, ਉਹ ਦਰਿੰਦੇ ਤੋਂ ਬੱਚਿਆਂ ਨੂੰ ਦੂਰ ਕਰਾਓ ਤੇ ਉਹ ਦਰਿੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇ ਤਾਂ ਕਿ ਉਹਨੂੰ ਜ਼ਿੰਦਗੀ 'ਚ ਦੁਬਾਰਾ ਇਹ ਗਲਤੀ ਨਾ ਕਰੇ, ਦੁਬਾਰਾ ਗਲਤੀ ਕਰਨ ਬਾਰੇ ਸੋਚੇ ਵੀ ਨਾ ਕਿ ਇਹ ਗਲਤੀ ਐਵੇਂ ਦੀ ਮੈਂ ਕਰੂੰਗਾ। ਕਿਉਂਕਿ ਚਲੋ ਇੱਕ ਵਾਰੀ ਅਸੀਂ ਕੇਸ ਕੀਤਾ ਵਾ, ਦੂਜੇ ਵਾਰੀ ਮੇਰੀ ਭੈਣ ਨੇ ਆਪਣੀ ਜਾਨ ਹੀ ਦੇ ਦਿੱਤੀ ਆ। ਚਲੋ ਜੀ, ਫਿਰ ਆਪਾਂ ਹੁਣ ਹੁਣ ਕੱਲ ਤੋਂ ਬਾਅਦ ਜਿਹੜੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਇੱਥੇ ਜਿਹੜੀ ਸਾਂਝੀ ਆਪਸੇ ਕਰਾਂਗੇ, ਤੁਹਾਡਾ ਕਾਫੀ ਟਾਈਮ ਹੋ ਚੁੱਕਿਆ ਵੇ ਕਿਉਂਕਿ ਤੁਸੀਂ ਵੀ ਸਾਰਾ ਦਿਨ ਹੋ। ਅੱਜ ਇੱਕ ਵਾਰੀ ਫਿਰ ਇੱਥੇ ਤੁਹਾਡਾ ਸਾਰਿਆਂ ਦਾ ਫਿਰ ਅਗਲੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ। ਇੰਨੀ ਗੱਲ ਜ਼ਰੂਰ ਹੈ ਕਿ ਆਪਾਂ ਜਦੋਂ ਕਹਿੰਦੇ ਹਾਂ ਕਾਨੂੰਨੀ ਹੈ, ਮੈਨੂੰ ਅਜੇ ਤੱਕ ਯਾਦ ਹੈ ਇੱਕ ਟਰੱਕ ਡਰਾਈਵਰ ਨੂੰ ਸਜ਼ਾ ਹੋਈ ਸੀ 300 ਸਾਲ ਦੀ, ਪਰ ਜਦੋਂ ਸਾਰੇ ਹੀ ਟਰੱਕਾਂ ਵਾਲਿਆਂ ਨੇ ਰੋਡ ਜਾਮ ਕਰ ਦਿੱਤੇ ਸੀ, ਸਾਰੇ ਇਕੱਠੇ ਹੋ ਗਏ ਸੀ, ਉਹ ਸਜ਼ਾ ਨੂੰ ਉਹਨਾਂ ਨੂੰ ਬਦਲਣਾ ਪਿਆ ਸੀ। ਸੋ ਅੱਜ ਜਦੋਂ ਸਾਡੀ ਕਮਿਊਨਿਟੀ ਜਿਹੜੀ ਇਸ ਹੱਕ ਦੇ ਵਿੱਚ ਕਿ ਉਹਨਾਂ ਨੂੰ ਜਿਹੜੀ ਸਾਰੀ ਕਮਿਊਨਿਟੀ ਜਿਹੜੀ ਚਾਹੁੰਦੀ ਹੈ ਕਿ ਮਨਦੀਪ ਕੌਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ, ਹਰ ਹਾਲਤ ਵਿੱਚ ਮਿਲਣਾ ਚਾਹੀਦਾ, ਇਹ ਜ਼ਰੂਰ ਜਿਹੜਾ ਕਿ ਸਾਨੂੰ ਸਿਸਟਮ ਸਲੋ ਲੱਗ ਰਿਹਾ ਹੈ, ਹੋ ਸਕਦਾ ਹੈ ਸਲੋ ਦੇ ਪਿੱਛੇ ਵੀ ਕੋਈ ਰਾਜ ਹੋਵੇ, ਇੱਕਦਮ ਤੇਜ਼ ਹੋ ਕੇ ਜਿਹੜਾ ਕਾਨੂੰਨ, ਜਿਹੜਾ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ, ਉਹ ਜ਼ਰੂਰ ਕਾਰਵਾਈ ਕਰੇਗਾ। ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਸਾਨੂੰ ਕਾਨੂੰਨ ਦੇ ਉੱਤੇ ਪੂਰਾ ਪੂਰਾ ਭਰੋਸਾ ਹੈ। ਇੱਕ ਵਾਰੀ ਬੇਹਦ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।